ਸਤ ਸ੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਯਾਰਵਿੰਦਰ ਸਿੰਘ ਬਰਾਡਵਾਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪੰਜਾਬੀ ਪਿਆਰ ਇਸ ਤੋਂ YouTube ਚੈਨਲ ਦੇ ਉੱਪਰ ਤੁਹਾਡਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਬਹੁਤ ਸਾਰੇ ਵੀਰ ਨੇ ਜਿਹੜੇ ਕਿ ਹਰ ਇੱਕ ਵੀਡੀਓ ਥੱਲੇ ਕਮੈਂਟ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਮੈਨੂੰ ਸਾਰਿਆਂ ਦੇ ਕਮੈਂਟ ਸ਼ੋ ਹੁੰਦੇ ਨੇ ਤੇ ਉਮਝਦਾ ਕਮੈਂਟ ਤੇ ਕਲਿੱਕ ਕਰਦਾ ਮੈਨੂੰ ਪਤਾ ਲੱਗਦਾ ਕਿ ਇਹਨੇ 1000 ਕਮੈਂਟ ਕੀਤਾ ਹੁਣ ਤੱਕ ਇਹਨੇ 2000 ਕਮੈਂਟ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਮੇਰੇ ਵਾਸਤੇ 2-4 ਅੱਖਰ ਕਮੈਂਟ ਦੇ ਵਿੱਚ ਲਿਖਦੇ ਹੋ ਆਪਣਾ ਟਾਈਮ ਕੱਢਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਖਬਰਾਂ ਦੀ ਸ਼ੁਰੂਆਤ ਕਰਦੇ ਆ ਜੀ ਸਭ ਤੋਂ ਪਹਿਲੀ ਜਿਹੜੀ ਖਬਰ ਆ ਰਹੀ ਹੈ ਜੀ ਇੰਗਲੈਂਡ ਤੋਂ ਇੰਗਲੈਂਡ ਦੇ ਵਿੱਚ ਟੀਕੇ ਦੀ ਸ਼ੁਰੂਆਤ ਹੋ ਗਈ ਹੈ ਜੀ ਵੈਕਸੀਨ ਦੀ ਸ਼ੁਰੂਆਤ ਕਰੋਨਾ ਵਾਇਰਸ ਦੀ ਅੱਜ ਉਹਨਾਂ ਨੇ ਇੱਕ 90 ਸਾਲ ਦੀ ਬਜ਼ੁਰਗ ਔਰਤ ਨੂੰ ਜਿਹੜਾ ਕਿ ਟੀਕਾ ਲਗਾਇਆ ਗਿਆ ਤੇ ਉਹ ਜਿਹੜੀ ਔਰਤ ਹੈ 90 ਸਾਲ ਦੀ ਦੁਨੀਆ ਦੀ ਪਹਿਲੀ ਔਰਤ ਬਣ ਚੁੱਕੀ ਜਿਸ ਨੂੰ ਕਰੋਨਾ ਵਾਇਰਸ ਦਾ ਟੀਕਾ ਲਗਾਇਆ ਗਿਆ ਤੇ ਉਹ ਟੀਕਾ ਲਗਵਾ ਕੇ ਬਹੁਤ ਜ਼ਿਆਦਾ ਜਿਹੜਾ ਕਿ ਮਾਣ ਮਹਿਸੂਸ ਕਰ ਰਹੀ ਹੈ ਕਿ ਮੈਂ ਦੁਨੀਆ ਦੀ ਪਹਿਲੀ ਔਰਤ ਬਣ ਗਈ ਆ ਉਸ ਦਾ ਜਨਮ ਦਿਨ ਵੀ ਆਉਣ ਵਾਲਾ ਹੀ ਹੈ ਕਹਿੰਦੇ ਥੋੜੇ ਜਿਹੇ ਦਿਨਾਂ ਦੇ ਵਿੱਚ ਤੇ ਉਹ ਕਹਿੰਦੀ ਕਿ ਮੇਰੇ ਵਾਸਤੇ ਇਹ ਹੈ ਮੇਰਾ ਜਨਮ ਦਿਨ ਦਾ ਇੱਕ ਤੋਹਫਾ ਆ ਕਿ ਮੈਂ ਟੀਕਾ ਲਗਵਾਇਆ ਆ ਤੇ 80 ਸਾਲ ਤੋਂ ਉੱਪਰ ਵਾਲਿਆਂ ਨੂੰ ਜਿਹੜਾ ਕਿ ਸਭ ਤੋਂ ਪਹਿਲਾਂ ਟੀਕਾ ਇਹ ਕਰੋਨਾ ਵਾਇਰਸ ਦਾ ਲਗਾਇਆ ਜਾਊਗਾ ইংল্যান্ড ਦੇ ਵਿੱਚ ਜਿਹੜੀ ਕੰਪਨੀ ਹੈ ਜੀ ਉਹਦਾ ਮੈਂ ਨਾਂ ਦੱਸ ਦੇਵਾਂ ਤੁਹਾਨੂੰ ਮੈਂ ਪਹਿਲਾਂ ਵੀ ਇਸ ਕੰਪਨੀ ਦਾ ਜ਼ਿਕਰ ਕੀਤਾ ਹੈ ਉਹ ਫਾਈਜ਼ਰ ਤੇ ਬਾਇਓਟੈਕ ਇਹ ਦੋ ਕੰਪਨੀਆਂ ਨੇ ਜਿਨ੍ਹਾਂ ਦੇ ਟੀਕੇ ਲੱਗਣੇ ਆ ਦੋ ਖਰਾਕਾਂ ਇੱਕ ਇਨਸਾਨ ਦੇ ਨਹੀਂ ਦੋ ਵਾਰ ਟੀਕਾ ਲੱਗੂਗਾ ਤੇ ਫਿਰ ਜਿਹੜਾ ਕਿ ਉਹ ਕਰੋਨਾ ਵਾਇਰਸ ਤੋਂ ਮੁਕਤ ਹੋ ਜਾਊਗਾ ਯਾਨੀ ਕਿ ਉਹਦੇ ਸਰੀਰ ਦੇ ਵਿੱਚੋਂ ਜਿਹੜਾ ਉਹ ਜਿਹੜੇ ਵੀ ਹੋਣਗੇ ਉਹਦੇ ਲੱਛਣ ਖਤਮ ਹੋ ਜਾਣਗੇ ਜੀ ਤੇ ਯੂਕੇ ਦੇ ਬਹਿਰੀਨ ਨੇ ਯੂਕੇ ਤੇ ਬਹਿਰੀਨ ਵਾਲਿਆਂ ਨੇ ਫਾਈਜ਼ਰ ਕੰਪਨੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਕਿ ਤੁਸੀਂ ਜਿਹੜਾ ਹੈਗਾ ਟੀਕਾ ਸਾਡੀਆਂ ਕੰਟਰੀਆਂ ਦੇ ਵਿੱਚ ਲਗਾ ਸਕਦੇ ਹੋ ਇਹੋ ਹੀ ਉਹ ਟੀਕਾ ਜਿਹੜਾ ਕਿ 95% ਅਸਰਦਾਰ ਹੈ ਹੈਗਾ ਤੇ ਉਸ ਤੋਂ ਬਾਅਦ ਅਮਰੀਕਾ ਦੀ ਇੱਕ ਹੋਰ ਕੰਪਨੀ ਆ ਮਾਡਰਨ ਉਹਨਾਂ ਨੇ ਵੀ ਕਿਹਾ ਸੀ ਕਿ ਸਾਡਾ ਟੀਕਾ ਵੀ ਅਸਰਦਾਰਾ ਪਰ ਜਿਹੜੀ ਮਨਜ਼ੂਰੀ ਆ ਉਹ ਫਾਈਜ਼ਰ ਤੇ ਬਾਇਓਟੈਕ ਨੂੰ ਮਿਲ ਚੁੱਕੀ ਹੈ ਜੀ ਯੂਕੇ ਤੇ ਬਹਿਰੀਨ ਤੋਂ ਹੁਣ ਇਹਨਾਂ ਨੇ ਯੂਕੇ ਤਾਂ ਸ਼ੁਰੂਆਤ ਕਰਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਬਹਿਰੀਨ ਦੇ ਵਿੱਚ ਵੀ ਸ਼ੁਰੂਆਤ ਕਰ ਦੇਣਗੇ ਯੂਕੇ ਦੇ ਵਿੱਚ ਇੱਕ ਇੰਡੀਅਨ ਫੈਮਿਲੀ ਸੀਗੀ ਮੀਆਂ ਬੀਬੀ ਉਹਨਾਂ ਨੇ ਵੀ ਟੀਕਾ ਲਗਵਾਇਆ ਤੇ ਉਹ ਪਹਿਲੇ ਜਿਹੜੇ ਕਿ ਇੰਡੀਅਨ ਇੰਡੀਅਨ ਮੀਆਂ ਬੀਬੀ ਨੇ ਜਿਨ੍ਹਾਂ ਨੇ ਕਿ ਰੁਨਾ ਵੈਕਸਟਾ ਟੀਕਾ ਲਗਾਇਆ ਤੇ ਉਹ ਆਦਮੀ ਦੀ ਉਮਰ ਆਦਮੀ ਦੀ ਉਮਰ 87 ਸਾਲ ਸੀ ਕਿ ਤੇ ਔਰਤ ਦੀ ਉਮਰ 83 ਸਾਲ ਦੀ ਸੀ ਉਹ ਵੀ ਬਹੁਤ ਜਿਆਦਾ ਮਾਣ ਮਹਿਸੂਸ ਕਰ ਰਹੇ ਆ ਕਿ ਸਾਡੇ ਉੱਪਰ ਜਿਹੜਾ ਕਿ ਸਭ ਤੋਂ ਪਹਿਲਾਂ ਜਿਹੜਾ ਕਿ ਪ੍ਰਯੋਗ ਕੀਤਾ ਜਾਰਨ ਟੀਕਾ ਮਿਲਦੀ ਬਹੁਤ ਜ਼ਿਆਦਾ ਲਈ ਕਿ ਖੁਸ਼ੀ ਆ ਇਹ ਸਮੀਆਂ ਬੀਬੀ ਨੂੰ ਤੇ ਹੁਣ ਜਿਹੜੀ ਫਾਇਜ਼ਾ ਤੇ ਬਾਇਓਟੈਕ ਕੰਪਨੀ ਆ ਇਹੇ ਇੰਡੀਆ ਤੋਂ ਮਨਜ਼ੂਰੀ ਮੰਗ ਰਹੇ ਆ ਕਿ ਠੀਕ ਆ ਅਸੀਂ ਇੰਡੀਆ ਦੇ ਵਿੱਚ ਵੀ ਸ਼ੁਰੂ ਕਰੀਏ ਸਾਨੂੰ ਮਨਜ਼ੂਰੀ ਦਿਓ ਵੀ ਅਸੀਂ ਯੂਕੇ ਸ਼ੁਰੂ ਕਰਤਾ ਬਹਿਰੀਨ ਦੇ ਵਿੱਚ ਸ਼ੁਰੂ ਕਰਨ ਵਾਲੇ ਆ ਕਿਉਂਕਿ ਇੰਡੀਆ ਇੱਕ ਬਹੁਤ ਵੱਡਾ ਬਾਜ਼ਾਰਾ ਮੰਡੀ ਆ bizness ਵਾਸਤੇ ਜੇ ਇੰਡੀਆ ਨੇ ਇੱਕ ਵਾਰ ਮਨਜ਼ੂਰੀ ਦੇ ਦਿੱਤੀ ਤਾਂ ਫਿਰ ਇਸ ਕੰਪਨੀ ਕੋਲੇ ਪੈਸਾ ਹੀ ਪੈਸਾ ਹੋ ਜਾਣਾ ਹੈ ਕਿਉਂਕਿ ਹਰ ਚੀਜ਼ ਫਿਰ ਇਹਨਾਂ ਨੂੰ ਖਰੀਦਣੀ ਪੈਣੀ ਹੈ ਇੰਡੀਆ ਨੂੰ ਇੱਕ ਵਾਰ ਇੰਡੀਆ ਜੇ ਮਨਜ਼ੂਰੀ ਦੇ ਰਿਹਾਦਾ ਆ ਥੋੜੇ ਦਿਨ ਪਹਿਲਾਂ ਖਬਰ ਆਈ ਸੀ ਕਿ ਇੰਡੀਆ ਆਪਣਾ ਟੀਕਾ ਖੁਦ ਤਿਆਰ ਕਰ ਰਿਹਾ ਤੇ ਉਹ ਵੀ ਕਹਿ ਰਹੇ ਕਿ ਬਾਹਰੋਂ ਟੀਕਾ ਨਹੀਂ ਲਵੇਗਾ ਕਿਉਂਕਿ ਇੰਡੀਆ ਦੇ ਸੈਂਟਿਸਟ ਬਹੁਤ ਬਹੁਤ ਨੇ ਜਿਹੜੇ ਕਿ ਬਾਹਰ ਦੁਨੀਆ ਦੀਆਂ ਲੈਬਾਂ ਦੇ ਵਿੱਚ ਕੰਮ ਕਰ ਰਹੇ ਆ ਇਸ ਕਰਕੇ ਉਹ ਜੁਟੇ ਹੋਏ ਨੇ ਕਿ ਟੀਕਾ ਆਪ ਹੀ ਤਿਆਰ ਕੀਤਾ ਜਾਵੇ ਬਾਹਰੋਂ ਨਾ ਲਿਆ ਜਾਵੇ ਕਿਉਂਕਿ ਜਿਹੜਾ ਬਾਹਰਲਾ ਟੀਕਾ ਚਾਹੇ ਫਾਈਜ਼ਰ ਕੰਪਨੀ ਦਾ ਚਾਹੇ ਮੋਡਰਨ ਕੰਪਨੀ ਦਾ ਆ ਇਸ ਨੂੰ ਮਾਈਨਸ ਟੈਂਪਰੇਚਰ ਦੇ ਵਿੱਚ ਰੱਖਣਾ ਪੈਣਾ ਤੇ ਇਦਾਂ ਦੇ ਹਜੇ ਇੰਡੀਆ ਦੇ ਵਿੱਚ ਪ੍ਰਬੰਧ ਨਹੀਂ ਹੈਗੇ ਕਿ ਮਾਈਨਸ ਟੈਂਪਰੇਚਰ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਟੀਕੇ ਨੂੰ ਵੈਕਸੀਨ ਨੂੰ ਸਟੋਰ ਕਰਕੇ ਰੱਖਿਆ ਜਾ ਸਕੇ ਜੀ ਫਰਾਂਸ ਦੇ ਵਿੱਚ ਜਿਹੜਾ ਅਟੈਕ ਹੋਇਆ ਸੀਗਾ 2015 ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉਦੋਂ ਵੀ ਮੈਗਜ਼ੀਨ ਮਾਮਲੇ ਦੇ ਵਿੱਚ ਅਟੈਕ ਹੋਇਆ ਸੀਗਾ ਤੇ ਇੱਕ ਸਟੋਰ ਦੇ ਉੱਪਰ ਵੀ ਜਿਹੜਾ ਕਿਸ ਸੈਮਨ ਦੇ ਸੈਮਨ ਦੇ ਵਿੰਸਾਂ ਵਾਲੇ ਪਾਸੇ ਉੱਥੇ ਅਟੈਕ ਹੋਇਆ ਸੀਗਾ ਉਹਨਾਂ ਦੋਸ਼ੀਆਂ ਨੂੰ 5 ਸਾਲ ਦੀ ਸਜ਼ਾ ਸੁناਈ ਗਈ ਹੈ ਜੀ ਅੱਜ ਜੱਜ ਵੱਲੋਂ ਕਿਹਾ ਜਾ ਰਿਹਾ ਇਹ ਸਜ਼ਾ 5 ਸਾਲ ਦੀ ਘੱਟ ਆ ਕਮ ਸੇ ਕਮ 15 ਸਾਲ ਦੀ ਸਜ਼ਾ ਹੋਣੀ ਚਾਹੀਦੀ ਸੀਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਸਜ਼ਾ ਵੱਧ ਸਕਦੀ ਆ ਪਰ ਦੇਖੋ ਕੀ ਬੰਦ ਆਇਆ ਵੀ ਜੋ ਕਹਿੰਦੇ ਉਸ ਟਾਈਮ ਹੋਇਆ ਸੀ ਨੁਕਸਾਨ 5 ਸਾਲ ਦੀ ਸਜ਼ਾ ਬਹੁਤ ਜ਼ਿਆਦਾ ਘੱਟ ਆ ਜੀ ਯੂਰਪ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਜੀ ਜਿਹੜੀ ਯੂਰੋ ਮਿਲੀਅਨ ਲਾਟਰੀ ਹੈ ਜੀ ਉਹ 200 ਮਿਲੀਅਨ ਤੱਕ ਜਿਹੜੀ ਹੈ ਕਿ ਪਹੁੰਚ ਚੁੱਕਿਆ ਹੈ ਉਸ ਦਾ ਪਹਿਲਾ ਨਾਮ ਇਹ ਜਿਹੜੀ ਲਾਟਰੀ ਹੈ ਜੀ ਇਹ ਮੰਗਲਵਾਰ ਵੀ ਨਿਕਲਦੀ ਹੈ ਤੇ ਸ਼ੁੱਕਰਵਾਰ ਵੀ ਨਿਕਲਦੀ ਹੈ 2.5-3 ਯੂਰੋ ਦੀ ਹੁੰਦੀ ਹੈ ਕਾਫੀ ਸਾਰੇ ਫਰਾਂਸ ਵਾਲੇ ਵੀਰਾਂ ਨੂੰ ਪਤਾ ਹੋਊਗਾ ਇਸ ਲਾਟਰੀ ਬਾਰੇ ਤੇ ਇਹਦੇ ਵਿੱਚ ਫਿਰਨੇ ਪੰਜ ਅੱਖਰ ਪੰਜ ਕੱਟਨੇ ਹੁੰਦੇ ਆ ਨੰਬਰ ਤੇ ਦੋ ਕੱਟਨੇ ਹੁੰਦੇ ਆ ਤਵਾਲ ਸਾਪ ਦਾ ਨੰਬਰ ਕੱਟਨੇ ਹੁੰਦੇ ਤੇ ਸਿਲੈਕਟ ਕਰਨੇ ਹੁੰਦੇ ਆ ਤੇ ਤੁਸੀਂ ਆਪਣੀ ਜਿਹੜੀ ਕਿਸਮ ਦਾ 2.5 ਯੂਰੋ ਦੇ ਵਿੱਚ ਅਜਮਾ ਸਕਦੇ ਹੋ ਜੇ ਜੇ ਤੁਹਾਨੂੰ ਮਿਲੀਅਨ ਦੀ ਲਾਟਰੀ ਨਿਕਲ ਜਾਵੇ 200 ਮਿਲੀਅਨ ਯੂਰੋ ਤਾਂ ਤੁਸੀਂ ਕੀ ਕਰੋਗੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ 200 ਮਿਲੀਅਨ ਨਿਕਲ ਜਾਵੇ ਮੈਂ ਜਦੋਂ ਖਬਰ ਪੜ੍ਹੀ ਤਾਂ ਮੇਰੇ ਦਿਮਾਗ ਦੇ ਵਿੱਚ ਇਹੀ ਗੱਲ ਆਈ ਸੀ ਮੈਂ ਕਿਹਾ ਜੇ 200 ਮਿਲੀਅਨ ਨਿਕਲਿਆ ਆਊਗਾ ਤੇ ਬੰਦਾ ਕਰੂਗਾ ਕੀ 200 ਮਿਲੀਅਨ ਦਾ ਇੰਡੀਆ ਜਾਊਗਾ ਜਾਂ ਪਾਕਿਸਤਾਨ ਜਾਊਗਾ ਜਾਂ ਕਿੱਥੇ ਜਾਊਗਾ ਦੋਨਿਆਂ ਦੇ ਵਿੱਚ ਰਹਿਣਾ ਪਸੰਦ ਕਰੂਗਾ ਇਨਾ ਪੈਸਾ ਲੈ ਕੇ ਜਾਂ ਕਿੱਥੇ ਜਿਹੜਾ ਕਿ ਇਨਵੈਸਟ ਕਰੂਗਾ ਤੇ ਮੰਗਲਵਾਰ ਦੇ ਸ਼ੁਕਰਵਾਰ ਰਾਤ ਨੂੰ 9 ਵਜੇ ਜਿਹੜਾ ਕਿ ਇਹਦਾ ਰਿਜ਼ਲਟ ਆ ਜਾਂਦਾ ਜੇਕਰ ਤੁਸੀਂ ਚਾਹਵਾਨ ਹੋ ਤਾਂ ਤੁਸੀਂ ਜਿਹੜੇ ਕਿ ਇਹ ਲਾਟਰੀ ਪਾ ਕੇ ਆਪਣੀ ਕਿਸਮਤ ਦੀ ਟ్రਾਈ ਜਿਹੜੀ ਆ ਕੇ ਮਾਰ ਸਕਦੇ ਹੋ ਜੀ ਫਰਾਂਸ ਦਾ ਇੱਕ ਏਰੀਆ ਪੈਂਦਾ ਜੀ ਆਊਟ ਪੈਰਿਸ ਜਿਸ ਦਾ ਨਾਮ ਹੈਗਾ ਜੀ ਬਰੇਸ ਉੱਥੇ 13 ਦਸੰਬਰ ਤੇ 20 ਦਸੰਬਰ ਨੂੰ ਟ੍ਰਾਂਸਪੋਰਟ ਬਿਲਕੁਲ ਮੁਫਤ ਆ ਜੀ ਟ੍ਰੇਨਾਂ ਬੱਸਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟਿਕਟ ਨਹੀਂ ਲੱਗਣੀ ਕੈਨ ਦਾ ਮਤਲਬ ਕਿ ਦਸੰਬਰ ਦੇ ਲਾਸਟ ਵਾਲੇ ਲਾਸਟ ਤੋਂ ਜਿਹੜੇ ਕਿ ਪਹਿਲਾ ਦੋ ਐਤਵਾਰ ਆਉਣੇ ਆ ਤੇ ਉਹ ਦੋ ਐਤਵਾਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟੈਕਟ ਨਹੀਂ ਹੈਗੀ ਨੋਇਲ ਦੇ ਦਿਨਾਂ ਕਰਕੇ ਲੋਕੀ ਸ਼ਾਪਿੰਗ ਕਰ ਰਹੇ ਨੇ ਸਟੋਰ ਖੁੱਲਣੇ ਇਸ ਕਰਕੇ ਇਹਨਾਂ ਦੇ ਦੋ ਦਿਨ ਦੀ ਟਰਾਂਸਪੋਰਟ ਦੀ ਲੋਕਾਂ ਨੂੰ ਛੋਟ ਦਿੱਤੀ ਹੈ ਜੀ ਉਰਲਿਓਂਸ ਜਿਹੜਾ ਫਰਾਂਸ ਦਾ ਏਰੀਆ ਪੈਂਦਾ ਜੀ ਆਊਟ ਪੈਰਿਸ ਤੇ ਇੱਕ ਪੈਂਦਾ ਜੀ ਰੀਦੋ ਦੋਵਾਂ ਏਰੀਆ ਦੇ ਵਿੱਚ ਯੋਰਲੀਆਂਸ ਦੇ ਵਿੱਚ ਵੀ ਸ਼ਾਪਿੰਗ ਮਾਲ ਦੇ ਵਿੱਚ ਇੱਕ ਸ਼ੱਕੀ ਬੈਗ ਮਿਲਿਆ ਜੀ ਤੇ ਪੁਲਿਸ ਵਾਲਿਆਂ ਨੇ ਉਸੇ ਵਕਤ ਜਿਹੜਾ ਕਿ ਟਵੀਟ ਕਰਕੇ ਲੋਕਾਂ ਨੂੰ ਦੱਸਿਆ ਕਿ ਸ਼ੱਕੀ ਬੈਗ ਆ ਮਿਲਿਆ ਸ਼ਾਪਿੰਗ ਮਾਲ ਦੇ ਵਿੱਚੋਂ ਯੋਰਲੀਆਂਸ ਜਿਹੜੀ ਗਾਰ ਸੌਰੀ ਜਿਹੜਾ ਸ਼ਾਪਿੰਗ ਮਾਲ ਆ ਉਸ ਦੇ ਨਾਲ ਹੀ ਗਾਰ ਲੱਗਦੀ ਹੈ ਤੇ ਇਸ ਕਰਕੇ ਜਾਦਾ ਉਹਨਾਂ ਨੂੰ ਉਸ ਟਾਈਮ ਖਾਲੀ ਕਰਵਾਉਣਾ ਪਿਆ ਸਾਰਾ ਟ੍ਰੇਨਾਂ ਰੋਕਣੀਆਂ ਪਈਆਂ ਤੇ ਪਰੋ ਬਚਾ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਤੇ ਉਸੋ ਜਿਹੜਾ ਬੈਗ ਉਹ ਖੋਲਿਆ ਗਿਆ ਪਰ ਪਤਾ ਨਹੀਂ ਉਸ ਵਿੱਚ ਕੀ ਸੀਗਾ ਤੇ ਜੇਕਰ ਤੁਹਾਨੂੰ ਵੀ ਰੀਦੋ ਵੀ ਰੀਦੋ ਸ਼ਹਿਰ ਦੇ ਵਿੱਚ ਵੀ ਇਦਾਂ ਹੋਇਆ ਕਿ ਉੱਥੇ ਵੀ ਇੱਕ ਸ਼ੱਕੀ ਬੈਗ ਮਿਲਿਆ ਸੀਗਾ ਤੇ ਉੱਥੋਂ ਵੀ ਕੁਝ ਵੀ ਨਹੀਂ ਨਿਕਲਿਆ ਤੁਹਾਨੂੰ ਵੀ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੈਗ ਮਿਲਦਾ ਆ ਉਸ ਨੂੰ ਅਵਲਤਾ ਦਾ ਦੇਖੋ ਹੀ ਨਾ ਜੇ ਦੇਖਦੇ ਹੋ ਤੇ ਪੁਲਿਸ ਨੂੰ ਜ਼ਰੂਰ ਦੱਸੋ ਕਿ ਆਹ ਬੈਗ ਹੈ ਜਿਹੜਾ ਆ ਅਸੀਂ ਕਾਫੀ ਤਿਆਮ ਤੋਂ ਦੇਖ ਰਹੇ ਆਂ ਤੇ ਇਹ ਲਵਾਰਸ ਇਸ ਸਟੇਸ਼ਨ ਦੇ ਉੱਪਰ ਜਾਂ ਇਸ ਸਟੋਰ ਦੇ ਵਿੱਚ ਪਿਆ ਹੋਇਆ ਤੇ ਕਦੇ ਚੱਕਣ ਦੀ ਕੋਸ਼ਿਸ਼ ਨਾ ਕਰੋ ਜਿਹੜੇ ਕੇਸ ਫਰਾਂਸ ਦੇ ਵਿੱਚ ਸਾਹਮਣੇ ਆਏ ਨੇ ਜੀ 3411 ਤੇ ਠੀਕ ਹੋਣਾਂ ਦੀ ਗਿਣਤੀ 699 ਮੌਤਾਂ ਦੀ ਗਿਣਤੀ 366 ਜੀ ਭਾਰਤ ਬੰਦ ਯਾਨੀ ਕਿ ਇੰਡੀਆ ਅੱਜ ਬੰਦ ਸੀਗਾ ਜੀ 8 ਦਸੰਬਰ ਸੀ ਕਿ ਤੇ ਬਹੁਤ ਭਰਮਾਂ ਹੰਗਾਰਾ ਮਿਲਿਆ ਤੇ ਇਸੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਜਿਹੜੀ ਮੀਟਿੰਗ 9 ਦਸੰਬਰ ਨੂੰ ਕੱਲ ਨੂੰ ਯਾਨੀ ਕਿ ਕਰਨੀ ਸੀਗੀ ਉਹ ਮੀਟਿੰਗ ਕਿਸਾਨਾਂ ਨੂੰ ਕਾਲ ਕਰਕੇ ਅੱਜ ਹੀ ਰੱਖ ਲਈ ਗਈ ਹੈ 1.5-2 ਘੰਟੇ ਤਾਂ ਉਹਨਾਂ ਨੇ ਜਗ੍ਹਾ ਸਿਲੈਕਟ ਕਰਨ ਵਾਸਤੇ ਲਾਇਆ ਕਿਸਾਨਾਂ ਨੂੰ ਕਿੱਥੇ ਸੱਦਣਾ ਕਿੱਥੇ ਨਹੀਂ ਸੱਦਣਾ ਤੇ ਹਜੇ ਵੀ ਜਿਸ ਟਾਈਮ ਮੈਂ ਖਬਰਾਂ ਰਿਕਾਰਡ ਕਰ ਰਿਹਾ ਆਂ ਫਰਾਂਸ ਦੇ ਵਿੱਚ ਸ਼ਾਮ ਦੇ 6 ਵਜੇ ਤੇ ਇੰਡੀਆ 10-10.5 ਦਾ ਟਾਈਮ ਆ ਹਜੇ ਵੀ ਜਿਹੜੀ ਕਿ ਮੀਟਿੰਗ ਕਿਸਾਨਾਂ ਦੀ ਚੱਲ ਰਹੀ ਆ ਪਰ ਕਿਸਾਨਾਂ ਦਾ ਇੱਕ ਹੀ ਸਵਾਲ ਆ ਜਾਂ ਹਾਂ ਜਾਂ ਨਾ ਦਾ ਫੈਸਲਾ ਕਸ ਰੱਦ ਬੈਲ ਰੱਦ ਕਰਨਾ ਆ ਜਾਂ ਨਹੀਂ ਕਰਨਾ ਵੱਖ-ਵੱਖ ਕੰਟਰੀਆਂ ਦੇ ਵਿੱਚ ਬਾਰਨੀਆ ਕੰਟਰਿੰਗਾਂ ਦੇ ਵਿੱਚ ਖਾਸ ਕਰਕੇ ਬਹੁਤ ਜ਼ਿਆਦਾ ਇਸ ਬਿੱਲ ਦਾ ਜਿਹੜਾ ਕਿ ਵਿਰੋਧ ਹੋ ਰਿਹਾ ਆ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਬਹੁਤ ਜ਼ਿਆਦਾ ਜਿਹੜੇ ਲੋਕ ਨੇ ਪੰਜਾਬੀ ਕਮਿਊਨਿਟੀ ਦੇ ਉਹ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਚੁੱਕੇ ਨੇ ਤੇ ਹਰ ਇੱਕ ਦਿਨ ਮਨ ਦੇ ਵਿੱਚ ਦਰਦ ਆ ਤੇ ਅੱਜ ਦੇ ਵੀ ਜੋ ਵੀ ਫੈਸਲਾ ਆਊਗਾ ਉਸ ਦੇ ਉੱਪਰ ਵੀ ਸਾਰਿਆਂ ਦਾ ਜਿਹੜਾ ਕਿ ਨੈਗੇਟਿਵੀ ਹੋਈ ਆ ਕਿ ਕੀ ਫੈਸਲਾ ਕਿਸਾਨਾਂ ਦੇ ਹੱਕ ਦੇ ਵਿੱਚ ਆਉਂਦਾ ਆ ਜਾ ਨਹੀਂ ਆਉਂਦਾ ਆ ਨਹੀਂ ਤਾਂ ਫਿਰ ਕੱਲ ਦੀ ਜਿਹੜੀ ਮੀਟਿੰਗ ਆ ਉਹ ਲਾਸਟ ਹੋਊਗੀ ਤੇ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਵਾਂ ਜਿਹੜਾ ਆ ਕੋਈ ਨਾ ਕੋਈ ਐਲਾਨ ਕਰ ਸਕਦੇ ਆ ਕਿਉਂਕਿ ਹਜੇ ਵੀ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਨੂੰ ਹੀ ਨੇ ਤੇ ਹਜੇ ਜਿਹੜਾ ਕਿ ਹੋਰ ਉਹ ਅੱਗੇ ਜਾ ਸਕਦੇ ਨੇ ਦਿੱਲੀ ਦੇ ਜਿਹੜੇ ਰਸਤੇ ਕਹਿੰਦੇ ਆ ਕਿ ਹਜੇ ਵੀ ਖੁੱਲੇ ਨੇ ਇੱਕ ਦੋ ਉਹਨਾਂ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬੰਦ ਕੀਤਾ ਜਾ ਸਕਦਾ ਜੇ ਗਵਰਨਮੈਂਟ ਨਾ ਮੰਨੀ ਤੇ ਦਿੱਲੀ ਦੇ ਲੋਕ ਵੀ ਬਹੁਤ ਜ਼ਿਆਦਾ ਸਾਥ ਦੇ ਰਹੇ ਆ ਕਿਸਾਨਾਂ ਦਾ ਕਿਸਾਨਾਂ ਨੂੰ ਨੌਣਾਂ ਵਾਸਤੇ ਉਹ ਆਪਣੇ ਘਰਾਂ ਦੇ ਵਿੱਚ ਕਹਿ ਰਹੇ ਕਿ ਬਾਥਰੂਮ ਯੂਜ਼ ਕਰੋ ਕੋਈ ਚੱਕਰ ਨਹੀਂ ਹੈਗਾ ਪਰ ਖਾਲਸਾ ਐਡ ਵੱਲੋਂ ਉੱਥੇ ਟੈਂਟ ਲਗਾ ਕੇ ਬੈੱਡ ਤਿਆਰ ਕੀਤੇ ਗਏ ਨੇ ਬਜ਼ੁਰਗਾਂ ਵਾਸਤੇ ਤਾਂ ਜੋ ਬਜ਼ੁਰਗ ਠੰਡ ਦੇ ਵਿੱਚ ਆਰਾਮ ਦੇ ਨਾਲ ਸੌ ਸਕਣ ਤੇ ਗੀਜਰ ਵੀ ਉੱਥੇ ਜਿਹੜੇ ਕਿ ਦਿੱਤੇ ਗਏ ਨੇ ਕਿਸਾਨਾਂ ਨੂੰ ਕਿ ਉਹ ਪਾਣੀ ਗਰਮ ਕਰਕੇ ਆਪਣਾ ਜਿਹੜਾ ਨਹਾ ਸਕਣ ਤੇ ਅੱਜ ਇੱਕ ਵੀਰ ਵੱਲੋਂ ਉੱਥੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਵੀ ਲਗਾਰ ਦਿੱਤੀਆਂ ਨੇ ਤਾਂ ਜੋ ਜਿਸਨੂੰ ਕੱਪੜੇ ਧੋਣੇ ਆ ਤਾਂ ਉਹ ਵੀ ਉੱਥੇ ਕੱਪੜੇ ਧੋ ਸਕਦਾ ਆ ਤੇ ਵਕ ਵਕ ਤਰ੍ਹਾਂ ਦੇ ਜਿਹੜੇ ਕਿ ਲੰਗਰ ਲਗਾਏ ਗਏ ਨੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾਦਾ ਜਦੋਂ ਵੀ ਵੀਡੀਓ ਦੇਖੀ ਦੀ ਇੱਕ ਵੱਖਰੀ ਹੀ ਖੁਸ਼ੀ ਹੁੰਦੀ ਆ ਕਿ ਆਹਾ ਪੰਜਾਬੀ ਕੌਮ ਆ ਜਿਹੜੀ ਕਿ ਬਗਾਨਿਆਂ ਵਾਸਤੇ ਲੰਗਰ ਲਾ ਸਕਦੀ ਆ ਤੇ ਇਸ ਟਾਈਮ ਤਾਂ ਆਪਣੇ ਦੇ ਉੱਪਰ ਜਿਹੜੀ ਕਿ ਭੀੜ ਪਈ ਹੋਈ ਹੈ ਤੇ ਆਪਣੇ ਵਾਸਤੇ ਕਿਉਂ ਨਹੀਂ ਜਿਹੜਾ ਕਿ ਲੰਗਰ ਲਗਾ ਰਹੀ ਜਿੱਦਾਂ ਕਿ ਪਰਸੋਂ ਇੱਕ ਵੀਡੀਓ ਦੇਖੀ ਸੀ ਕਿ ਦੁੱਧ ਦੇ ਵਿੱਚ ਕੇਸਰ ਪਾਇਆ ਜਾ ਰਿਹਾ ਸੀਗਾ ਦੇਸੀ ਘਿਓ ਪਾਇਆ ਜਾ ਰਿਹਾ ਸੀਗਾ ਬਰਾਮਲਾਹ ਪਾਊਡਰ ਪਾਇਆ ਜਾ ਰਿਹਾ ਸੀਗਾ ਸ਼ਹਿਦ ਪਾਇਆ ਜਾ ਰਿਹਾ ਸੀਗਾ ਵੀ ਪੂਰੀਆਂ ਤਾਕਤਾਂ ਵਾਲੀਆਂ ਚੀਜ਼ਾਂ ਨੇ ਇੱਕ ਬਾਬਾ ਜੀ ਦੇਖਿਆ ਉਹ ਪਿੰਨੀਆਂ ਜਿਹੜੀਆਂ ਦੇਸੀ ਘਿਓ ਦੇ ਨਾਲ ਜੇਬ ਦੇ ਵਿੱਚ ਲੈ ਕੇ ਘੁੰਮ ਰਿਹਾ ਸੀਗਾ ਤੇ ਕਹਿੰਦਾ ਹਜੇ ਨਹੀਂ ਦਬ ਦੇ ਜਿਹੜੀਆਂ ਖਰਾਕਾਂ ਖਾਨ ਨੂੰ ਮਿਲਦੀਆਂ ਨਹੀਂ ਤੇ ਪ੍ਰਮਾਤਮਾ ਕਰੇ ਸਾਰੇ ਕਿਸਾਨ ਵੀਰ ਆਪਣ ਜਲਦੀ ਜਲਦੀ ਆਪਣੇ ਘਰਾਂ ਨੂੰ ਵਾਣ ਤੇ ਜਿਹੜੀ ਭਾਰਤ ਸਰਕਾਰ ਉਹ ਕਿਸਾਨਾਂ ਦੇ ਜਿਹੜੇ ਆ ਕਿ ਜਿਹੜੇ ਉਹਨਾਂ ਦੇ ਮੰਗਾਂ ਨੇ ਉਹਨਾਂ ਨੂੰ ਮੰਗੇ ਕਿਉਂਕਿ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਡਰ ਹੈਗਾ ਆ ਸਰਕਾਰ ਡਿੱਗਣ ਦਾ ਸਰਕਾਰ ਖਿਸਕਣ ਦਾ ਕਿਉਂਕਿ ਜੋ ਵੀ ਅੱਜ ਇੰਡੀਆ ਬੰਦ ਨੂੰ ਜਿਹੜਾ ਹੰਗਾਰਾ ਮਿਲਿਆ ਉਸ ਨੂੰ ਦੇਖ ਕੇ ਹੋਏ ਸਰਕਾਰ ਨੂੰ ਲੱਗਿਆ ਕਿ ਬਹੁਤ ਸਾਰੇ ਲੋਕ ਕਿਸਾਨਾਂ ਦੇ ਨਾਲ ਨਹੀਂ ਕਿਉਂਕਿ ਇੱਥੇ ਬਹੁਤ ਸਾਰੀਆਂ ਦੁਕਾਨਾਂ ਵੀ ਨਹੀਂ ਖੁੱਲੀਆਂ ਰੇਲੀਆਂ ਨੂੰ ਰੋਕਿਆ ਹੈ ਜਿਹੜੀਆਂ ਜ਼ਬਰਦਸਤੀ ਚੱਲ ਰਹੀਆਂ ਸੀਗੀਆਂ ਕਾਫੀ ਸ਼ਰਾਰਤੀ ਅੰਸਰਾਂ ਵੱਲੋਂ ਗਲਤ ਇੰਟਰਵਿਊਆਂ ਜਨਨੇ ਕੇ ਚੈਨਲਾਂ ਵੱਲੋਂ ਵੀ ਚਲਾਈਆਂ ਗਈਆਂ ਕਿ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਬੰਦ ਨਹੀਂ ਹੈਗਾ ਪਰ ਦੇਖਣ ਨੂੰ ਮਿਲ ਰਿਹਾ ਸੀਗਾ ਕਿ ਕਾਫੀ ਕੁਝ ਜਿਹੜਾ ਕਿ ਬੰਦ ਸੀਗਾ ਤੇ ਬਹੁਤ ਜ਼ਿਆਦਾ ਲੋਕਾਂ ਨੇ ਸੰਯੋਗ ਦਿੱਤਾ ਤੇ ਉਸੇ ਨੂੰ ਦੇਖਦੇ ਹੋਏ ਜਿਹੜੀ ਗਵਰਨਮੈਂਟ ਨੇ ਮੀਟਿੰਗ ਅੱਜ ਹੀ ਰੱਖ ਲਈ ਤੇ ਬਾਕੀ ਦੇਖੋ ਜੀ ਕੀ ਬੰਦ ਆ ਤੁਹਾਡੇ ਸਾਰਿਆਂ ਦੇ ਨਾਲ ਹੀ ਆ ਤੇ ਜੋ ਵੀ ਖਬਰ ਹੋਊਗੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖਿਓ ਸასი ਸ਼ਕਲ ਨਮਸਤੇ ਸਲਾਮ ਅਲੈਕੁਮ ਮੈਸੀ ਬੁਕੋ ਜੀ